नशा कर रहे जी चिट्टे का, चिट्टे का नशा कर रहे, चिट्टा छरेआम बिक रहा जी तलवंडी दे विच दमदमा साहब च, बिकदा कित्थे नहीं। अच्छा, हां कि बुढ़िया बेची जांदियां पार्क च आ के, कोई पुलिस गौर ही नहीं करती। अच्छा हां जी, हुण की होया अपने मुंडे नूं? चिट्टा चिट्टा ला के मरे जी। अच्छा जी, हां जी, कल्ला ही बेटा सी? कल्ला ही बेटा सी जी साडा, असीं लाजपत राय हस्पताल च करा लैंदा जी, दो कु महीने दा दुबारा फेर ला गया, जदों आम बिकी जांदा जी इसनूं मिलदा। टीके ला गया चिट्टे निके निके दो कुड़ियां, जमीन जमूत है नहीं, पर कोई सरकार सहायता देवे इन्हूं, माड़ा मोटा इन्हां दा फर्क पै जे, इन्हां दा टाइम पास हो जाए जी, बड़े बंदे है। ਕੋਈ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਚਿੱਟੇ? ਨਾ ਜੀ, ਕੋਈ ਨਹੀਂ ਕਰਦਾ ਜੀ, ਇੱਥੇ ਸਰੇਆਮ ਵਿਖੀ ਜਾਂਦਾ ਜੀ। ਮੰਗ ਕੀ ਕਰਦੇ ਹੋ ਪ੍ਰਸ਼ਾਸਨ ਸਰਕਾਰ? ਮੰਗ ਤਾਂ ਇਹੀ ਕਰਦਾ ਜੀ, ਛੇ ਤੋਂ ਛੇ ਫੜ ਕੇ ਇਹਨਾਂ ਨੂੰ ਅੰਦਰ ਦੇਣ ਜੀ। ਹਾਂਜੀ ਬਾਈ ਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਬਲਜੀਤ ਸਿੰਘ ਹੈ ਜੀ। ਇਹ ਕੀ ਮਾਮਲਾ ਹੋਇਆ ਜੀ? ਮਾਮਲਾ ਤਾਂ ਜੀ, ਇਹਨਾਂ ਦਾ ਬੇਟਾ ਸੀਗਾ ਜੀ, ਚਿੱਟੇ ਦੀ ਭੇਟ ਚੜ੍ਹ ਗਿਆ ਜੀ। ਸਾਡਾ ਜੀ ਪਿੰਡ ਤਲਵੰਡੀ ਸਾਬੋ, ਇਤਿਹਾਸਿਕ ਸ਼ਹਿਰ ਹੈ ਜੀ ਇਹ, ਬਸ ਜੀ ਬਹੁਤ ਜ਼ਿਆਦਾ ਚਿੱਟਾ ਵਿਕ ਰਿਹਾ ਹੈਗਾ। ਹੁਣ ਇਕੱਲਾ ਇਕੱਲਾ ਬੱਚਾ ਸੀਗਾ ਜੀ, ਉਹਦੇ ਇੱਕ ਗੁੜੀ ਆਈ ਛੋਟੀ, ਅਤੇ ਚਿੱਟਾ ਇੰਨਾ ਸ਼ਰੇਆਮ ਵਿਕ ਰਿਹਾ ਵੀ ਬੱਸੋਂ ਬਾਹਰ। ਕਿੰਨੀ ਕੁ ਸੀ ਇਹਦੀ ਉਮਰ? ਤਾਂ ਜੀ 30 ਸਾਲ ਦੀ ਉਮਰ ਸੀਗੀ। ਪੁਲਿਸ ਪ੍ਰਸ਼ਾਸਨ ਨੂੰ ਪਤਾ? ਹਾਂਜੀ, ਸ਼ਰੇਆਮ ਵਿਕ ਰਿਹਾ ਜੀ, ਬੁੜੀਆਂ ਵੇਚ ਰਹੀਆਂ ਜੀ। ਅੱਛਾ ਹਾਂਜੀ, ਇਹਨੂੰ ਕਿਤੇ ਫਿਰ ਨਸ਼ਾ ਛਡਾਇਆ ਨਹੀਂ? ਇਹਨੂੰ ਛਡਾਇਆ ਸੀਗਾ ਜੀ, 2 ਸਾਲ ਛੱਡ ਗਿਆ ਸੀਗਾ ਜੀ, ਹੁਣ ਜਦੋਂ ਸ਼ਰੇਆਮ ਵਿਕ ਰਿਹਾ ਹੈਗਾ, ਜਮਾਂ ਸ਼ਰੇਆਮ ਜੀ। ਹੁਣ ਜਦੋਂ ਅਸੀਂ ਉੱਥੋਂ ਮੌਜੂਦਾ ਚੱਕ ਕੇ ਲੈ ਕੇ ਆਏ ਹਾਂ ਜੀ, SHO ਸਾਹਿਬ ਸੀ, ਉਹਨਾਂ ਨੂੰ ਅਸੀਂ ਕਿਹਾ ਸੀਗਾ ਵੀ ਨਸ਼ਾ, ਕਹਿੰਦਾ ਜੀ ਮੈਂ ਤਾਂ ਨਵਾਂ ਆਇਆ, ਮੈਨੂੰ ਤਾਂ ਇਹਦੇ ਬਾਰੇ ਕੋਈ ਹਜੇ ਕੋਈ ਇੰਨੀ ਜਾਣਕਾਰੀ ਹੈ ਨਹੀਂ। ਕੀ ਲਾਇਆ ਕੀ ਇਹਨੇ? ਸਰਿੰਜ ਲਾਈ ਸੀਗੀ ਵਿੱਚ? ਹਾਂ ਜੀ, ਵਿੱਚ ਰਹਿ ਗਈ। ਅੱਛਾ, ਹੁਣ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ? ਮੰਗ ਤਾਂ ਆਈ ਹੈ ਜੀ, ਜਦੋਂ ਹੁਣ ਇਹਨਾਂ ਦਾ ਬੱਚਾ ਚਿੱਟੇ ਦੀ ਭੇਟ ਚੜ੍ਹ ਗਿਆ ਜੀ, ਹੋਰ ਕਿਸੇ ਦਾ ਨਾਂ ਚੜ੍ਹੇ ਜੀ, ਇਤਿਹਾਸਿਕ ਸ਼ਹਿਰ ਹੈ ਜੀ, ਇੱਥੇ ਕੋਈ ਸਖਤਾਈ ਕਰਨ ਮਾੜੀ ਮੋਟੀ ਜੀ, ਇਹਨਾਂ ਨਾਲ ਜਿਹੜਾ ਕੁਛ ਹੋਣਾ ਸੀ ਹੋ ਗਈ, ਹੋਰ ਨਾ ਕਿਸੇ ਦਾ ਜੀ ਬੇਟਾ ਚਿੱਟੀ ਦੀ ਭੇਟ ਚੜ੍ਹੀ। ਇਹਦੇ 'ਚ ਜੀ ਇਹ ਨਸ਼ੇ ਕਰਦਾ ਜੀ ਬਾਹਲੇ ਚਿਰ ਦਾ ਜੀ, ਅਤੇ ਰਾਤ ਕਦੇ ਉਪਰ ਡੋਲ ਲਾ ਗਿਆ ਤੜਕੇ ਜੇ, ਅਤੇ ਬਾਬੇ ਡੱਲੇ ਖੂਹ 'ਤੇ ਪਿਆ ਮਿਲਿਆ ਸਾਨੂੰ ਤਾਂ ਜੀ, ਅਤੇ ਉੱਥੇ ਇੱਕ ਬੁੜੀ ਆਉਂਦੀ ਆ ਵੇਚਣ ਦੀ ਖਾਤਰ, ਉਹ ਖਾਸੇ ਚਿਰ ਦੀ ਆਉਂਦੀ ਆ ਵੇਚਦੀ। ਅੱਛਾ, ਅਤੇ ਉਹਨੂੰ ਕੋਈ ਸਰਕਾਰ ਨੇ ਹਜੇ ਤੱਕ ਫੜਿਆ ਫੜਿਆ ਨਹੀਂ ਗਾ। ਮੁੰਡੇ ਲਗਾਤਾਰ ਮਰੀ ਜਾਂਦੇ? ਕੀ ਬਹੁਤ ਮਰੀ ਜਾਂਦੇ ਜੀ, ਬਹੁਤ ਤਲਵੰਡੀ ਤਲਵੰਡੀ ਬਹੁਤ ਮੌਤਾਂ ਹੋ ਗਈਆਂ ਜੀ ਇਹਨਾਂ ਦਿਨਾਂ। ਕੀ ਨਾਂ ਸੀ ਇਹਦਾ? ਉਮਰ? ਖੇਤਾ ਸਿੰਘ ਜੀ, 30 ਸਾਲ ਦੀ ਉਮਰ ਸੀਗੀ। ਅੱਛਾ, ਵਿਆਹਿਆ ਵੀ ਸੀਗਾ? ਵਿਆਹਿਆ ਸੀਗਾ ਜੀ। ਹੁਣ ਸਰਕਾਰਾਂ ਤੋਂ ਮੰਗ ਕੀ ਕਰਦੇ? ਇਤਿਹਾਸਿਕ ਸ਼ਹਿਰ ਹੈ, ਮੰਗ ਸਾਹਿਬ ਕਹਿੰਦੇ ਆ ਵੀ ਇਹ ਚਿੱਟਾ ਬੰਦ ਹੋਣਾ ਚਾਹੀਦਾ ਜੀ, ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਜਿਹੜੇ ਵੇਚਦੇ ਆ, ਅਤੇ ਇਹਨਾਂ ਨਸ਼ਾ ਛਡਾਇਆ ਜਾਵੇ ਜਿਹੜੇ ਕਰਦੇ ਆ ਜੀ, ਇਹੀ ਮੰਗ ਹੈ ਸਾਡੇ ਤੋਂ। ਬਹੁਤ ਜ਼ਿਆਦਾ ਜਾਣੀ? ਬਹੁਤ ਜ਼ਿਆਦਾ ਆ ਜੀ, ਤਲਵੰਡੀ ਇਹਨਾਂ ਕਿਸੇ ਨਸ਼ਾ ਨਹੀਂ, ਸਭ ਤੋਂ ਜ਼ਿਆਦਾ ਤਲਵੰਡੀ ਆ ਜੀ। ਪੁਲਿਸ ਪ੍ਰਸ਼ਾਸਨ ਕੁਛ ਕਰਦਾ? ਕੁਛ ਨਹੀਂ ਕਰਦੀ ਜੀ, ਸਭ ਰਲੇ ਮਿਲੇ ਆ, ਵਿੱਚੇ ਪੁਲਿਸ ਹੈਗੀ, ਪੁਲਿਸ ਨਾਲ ਰਲ ਕੇ ਸਾਰਾ ਕੰਮ ਹੁੰਦਾ ਜੀ ਇਹ।